मीटिंग में शमूलियत की थी और उच्च पदरी मीटिंग थी एजुकेशन डिपार्टमेंट और माननीय उप शिक्षा मंत्री जी के रहनुमाई हेट हो मीटिंग और उस विचारण तो बाद जरा जरा उसको अगे लैके जाने की प्रक्रिया सी वो शुरू कर दी गई सी। इन्हां दी सोच मुताबिक सी कि अज कहो जिहा दिन है बुधवार को नॉर्मली कैबिनेट होंगी और उस फैसलों अगे लैके दिया जाता उसमें लैके इन्होंने मन के गल्लां सीगियां जिहड़ियां इन्हां बैठ के दूर करनियां हैगियां और जिहड़ी इन्हां नाल गलबात कोई हैगी आ उस हफ्ते उस जरा जारी रखनी है डिपार्टमेंट ਉਹਦੇ ਬਾਰੇ ਪ੍ਰੋਸੈਸ ਨਹੀਂ ਅੰਦਰ ਗੱਲਬਾਤ ਇਹ ਹੋਈ ਉਹਨਾਂ ਨੇ ਕਿਹਾ ਵੀ ਜਿੱਥੇ ਤੁਸੀਂ ਇੰਨਾ ਸਮਾਂ ਟਪਾ ਲਿਆ ਹੈ ਵੀ ਸਿਰਫ ਦੋ ਚਾਰ ਦਿਨ ਹਫ਼ਤੇ ਦੀ ਹੋਰ ਗੱਲ ਹੈ ਵੀ ਨੈਕਸਟ ਵੀਕ ਬੁੱਧਵਾਰ ਮਤਲਬ ਮੀਟਿੰਗ ਹੋਊਗੀ ਤੁਹਾਡੀ ਅਤੇ ਬੁੱਧਵਾਰ ਵੈਸੇ ਉਹਦੇ ਵੀ ਹਰ ਬੁੱਧਵਾਰ ਅਤੇ ਬੁੱਧਵਾਰ ਸਾਡਾ ਹੁੰਦਾ ਹੈ ਇਸ ਵਾਰ ਹੋ ਗਿਆ ਵੀ ਦੋ ਹਫ਼ਤੇ ਲਗਾਤਾਰ ਲੰਘ ਗਏ ਨੇ ਮੀਟਿੰਗ ਨਹੀਂ ਹੋਈਗੀ ਅਤੇ ਉਮੀਦ ਆਉਂਦੇ ਵੀ 100% ਉਹਨਾਂ ਨੇ ਸਾਡੇ ਬੱਚਿਆਂ ਫੋਨ ਵੀ ਕੀਤਾ ਸੀ ਮਿਸਟਰ ਵੀਰ ਜੀ ਨੂੰ ਵੀ ਜਿਹੜੀ ਨੈਕਸਟ ਮੀਟਿੰਗ ਹੈ ਮਤਲਬ ਬੁੱਧਵਾਰ ਹੋਵੇਗੀ ਅਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਜਿਹੜੀ ਬੁੱਧਵਾਰ ਵਾਲੀ ਮੀਟਿੰਗ ਹੈ ਜਿਹੜਾ ਸਾਡਾ ਏਜੰਡਾ ਮੇਨ ਆ ਜੋ ਪਿਛਲੀ ਮੀਟਿੰਗ ਦੇ ਵਿੱਚ ਗਵਰਨਮੈਂਟ ਨਾਲ ਸਾਡੀ ਪ੍ਰਪੋਜ਼ਲ ਤਿਆਰ ਕੀਤੀ ਜਿਹਦੇ 'ਤੇ ਸਹਿਮਤੀ ਬਣੀ ਜਿਨ੍ਹਾਂ ਜਿਨ੍ਹਾਂ ਮੰਗਾਂ 'ਤੇ ਉਹ ਜਿਹੜੀ ਪ੍ਰਪੋਜ਼ਲ ਉਹਦੇ ਵਿੱਚ ਤਿਆਰ ਹੋ ਚੁੱਕੀ ਹੈ ਉਹ ਅਸੀਂ ਨੈਕਸਟ ਮੀਟਿੰਗ ਦੇ ਵਿੱਚ ਜਿਹੜਾ ਏਜੰਡਾ ਫਸਟ ਰੂਪ ਦੇ ਵਿੱਚ ਪਹਿਲੀ ਮੰਗ ਦੇ ਰੂਪ ਦੇ ਵਿੱਚ ਅਸੀਂ ਲੈ ਕੇ ਜਾਵਾਂਗੇ। ਚਲੋ ਅਸੀਂ ਇੱਕ ਵਾਰੀ ਨਾ ਦੇਖਿਓ ਤਾਂ ਵਿਸ਼ਵਾਸ ਕੀਤਾ ਹੈ ਪਰ ਇਸ ਗੱਲ 'ਚ ਮੈਂ ਕਲੀਅਰ ਕਹਿ ਦੇਣਾ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਵੀ ਚਾਹੇ ਇਹ ਸਰਕਾਰ ਆ ਸਾਡੇ ਪ੍ਰਤੀ ਪੋਜ਼ਿਟਿਵ ਚੱਲ ਰਹੀ ਹੈ ਪਰ ਜਿੰਨਾ ਸਮਾਂ ਸਾਨੂੰ ਕੋਈ ਲਿਖਤੀ ਰੂਪ 'ਚ ਨਹੀਂ ਦਿੱਤਾ ਜਾਂਦਾ ਜੇ ਨਹੀਂ ਦਿੰਦੇ ਤਾਂ ਫਿਰ ਅਸੀਂ ਅਗਲੇ ਹਫ਼ਤੇ ਵਿੱਚ ਜਾਂ ਅੱਜ ਮੀਟਿੰਗ ਕਰਕੇ ਬਹੁਤ ਜਲਦ ਚੰਡੀਗੜ੍ਹ ਦੀਆਂ ਬਰੂਹਾਂ 'ਤੇ ਫਿਰ ਜਾਵਾਂਗੇ ਅਤੇ ਮੁੱਖ ਮੰਤਰੀ ਨਿਵਾਸ ਨੂੰ ਫਿਰ ਵਧਾ। ਪਰ ਅਸੀਂ ਇਸ ਗੱਲ ਰੋਸ ਜ਼ਾਹਰ ਕਰਦੇ ਹਾਂ ਕਿ ਵੀ ਅੱਜ ਜੇਕਰ ਇਹਨਾਂ ਨੇ ਕੋਈ ਪੋਲੀਟੀਕਲ ਇਸ਼ੂ ਦੇ ਉੱਤੇ ਜਾਂ ਕੋਈ ਇੰਟਰਨਲ ਇਸ਼ੂ ਸੀ ਉਹਦੇ ਤਹਿਤ ਵੀ ਕੈਬਨਿਟ ਆ ਜਿਹੜੀ ਕੈਂਸਲ ਕਰਤੀ। ਇੱਕ ਪਾਸੇ 13,000 ਪਰਿਵਾਰ ਦਾ ਰੁਜ਼ਗਾਰ ਜੁੜਿਆ ਹੋਇਆ ਹੈ, 13,000 ਪਰਿਵਾਰ ਦਾ 18 ਸਾਲ ਦਾ ਸੰਤਾਪ ਜੁੜਿਆ ਹੋਇਆ ਸੀ, ਸਾਡੇ ਇਸ਼ੂ ਨੂੰ ਲੈ ਕੇ ਕਿਉਂ ਨਹੀਂ ਸਟੈਂਡ ਕਰ ਸਕੇ ਇਹ ਕੈਬਨਿਟ ਮੀਟਿੰਗ? ਅਤੇ ਹੁਣ ਕੀ ਲੱਗਦਾ ਤੁਹਾਨੂੰ, ਕਿਉਂਕਿ ਮਹੀਨਾ ਹੋ ਗਿਆ ਤੁਹਾਨੂੰ ਇੱਥੇ ਬੈਠਿਆਂ ਨੂੰ, ਕਈ ਬਹੁਤ ਸਾਰੀਆਂ ਮੀਟਿੰਗਾਂ ਤੁਹਾਡੀਆਂ ਹੋ ਚੁੱਕੀਆਂ ਨੇ, ਤੁਹਾਨੂੰ ਨਿਕਲਦਾ ਲੱਗਦਾ ਹੱਲ ਜਾਂ ਤੁਸੀਂ ਹਲੇ ਹੁਣ ਫਿਰ ਸ਼ਾਂਤੀਪੂਰਕ ਬੈਠੇਂਗੇ? ਹਾਲ ਦੀ ਘੜੀ ਤਾਂ ਜੀ ਆਪਣਾ ਇਹਨਾਂ ਦੇ ਲਾਰੇ ਹੈ, ਅਸੀਂ ਤਾਂ ਲਾਰੇ ਹੀ ਬੋਲਾਂਗੇ ਕਿਉਂਕਿ ਜਦੋਂ ਤੱਕ ਲਿਖਤੀ ਪੜ੍ਹਦੀ ਸਾਡੇ ਕੋਲ ਲੈ ਕੇ ਨਹੀਂ ਆਉਂਦੇ। ਹਾਂ, ਕੈਜੂਅਲ ਗੱਲਾਂ ਜੋ ਮੀਟਿੰਗ ਦੇ ਵਿੱਚ ਹੋਈਆਂ ਚਲੋ ਅਸੀਂ ਕਿਤੇ ਨਾ ਕਿਤੇ ਸਹਿਮਤੀ ਵੀ ਦਿੱਤੀ ਸੀਗੀ, ਬਟ ਉਹ ਗੱਲਾਂ ਨੂੰ ਇੰਪਲੀਮੈਂਟ ਕਰਨ ਦੇ ਲਈ ਵੀ ਅਜੇ ਤੱਕ ਲਿਖਤੀ ਨਹੀਂ ਲੈ ਕੇ ਆਏ ਸਾਡੇ ਕੋਲ, ਤਾਂ ਅਸੀਂ ਕਿਵੇਂ ਵੇਖੀਏ ਵੀ ਰਸਤਾ ਆਉਣ ਵਾਲਾ ਸਾਫ਼ ਹੈ? ਅਤੇ ਜੇਕਰ ਨਹੀਂ ਸਾਫ਼ ਤਾਂ ਅਸੀਂ ਐਜੀਟੇਸ਼ਨ ਕਰਾਂਗੇ, ਸਟੇਟ ਲੈਵਲ ਦੇ ਅਸੀਂ ਕਾਲ ਵੀ ਕਰਾਂਗੇ ਜਿਹਦੀ ਕਿ ਅਸੀਂ ਸ਼ਾਮ ਨੂੰ ਆਪਦੀ ਸਟੇਟ ਦੀ ਮੀਟਿੰਗ ਕਰਾਂਗੇ, ਉਹਦੇ ਵਿੱਚ ਐਕਸ਼ਨ ਪਲਾਨ ਕਰਾਂਗੇ।